ਇਹਨਾਂ ਨੂੰ ਇਹ ਗੱਲ ਪੁੱਛੋ ਜਿਹੜੇ ਅੱਜ ਇਹ ਸੂਲ ਫੜਾਉਂਦੇ ਆ ਕਿ ਤੁਹਾਡੇ ਵੇਲੇ ਵਿਭਾ ਸਿਮਰਤ ਕੌਰ ਬਾਦਲ ਕੋਲੇ ਚੌਪਰ ਅਲੱਗ, ਪ੍ਰਕਾਸ਼ ਸਿੰਘ ਬਾਦਲ ਕੋਲੇ ਅਲੱਗ, ਸੁਖਬੀਰ ਬਾਦਲ ਦੇ ਮਜੀਠੀਏ ਦੇ ਕੋਲੇ ਅਲੱਗ ਅਲੱਗ। ਤੁਸੀਂ ਤਾਂ ਚੌਪਰ ਨੂੰ ਇੱਕ ਕੈਬ ਮੰਨ ਕੇ, ਇੱਕ ਆਟੋ ਮੰਨ ਕੇ, ਇੱਕ ਟੈਕਸੀ ਮੰਨ ਕੇ ਯੂਜ਼ ਕਰਦੇ ਸੀ। ਅੱਜ ਦੇ ਨਵਾਂ ਬਣਿਆ ਮੁੱਖ ਮੰਤਰੀ ਆਪਣੇ ਸਾਥੀਆਂ ਨੂੰ ਲੈ ਕੇ ਦਿੱਲੀ ਚੌਪਰ 'ਤੇ ਗਿਆ ਅਤੇ ਇਹ ਕੋਈ ਵੱਡਾ ਇਸ਼ੂ ਨਹੀਂ ਹੈ। ਬੜਾ ਦੁਖਦਾਇਕ ਕੰਮ ਹੈਗਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਕੁਨਬਾ ਕਹਿ ਸਕਦੇ ਹਾਂ। ਸ਼ੁਰੂ ਤੋਂ ਜਦੋਂ ਤੋਂ ਖੇਤੀ ਸੁਧਾਰ ਆਰਡੀਨੈਂਸ ਆਏ, ਸਭ ਤੋਂ ਪਹਿਲਾਂ ਬੀਬਾ ਹਰਸਿਮਰਤ ਕੌਰ ਬਾਦਲ ਆਰਡੀਨੈਂਸਾਂ ਨੂੰ ਪ੍ਰਵਾਨਗੀ ਐਜ਼ ਏ ਕੈਬਨਿਟ ਵਜ਼ੀਰ ਸਾਈਨ ਕਰਦੇ ਆ, ਔਰ ਫਿਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਐਂਡ ਕੰਪਨੀ ਸਾਰੀ ਖੇਤੀ ਸੁਧਾਰ ਆਰਡੀਨੈਂਸਾਂ ਦੇ ਹੱਕ ਦੇ ਵਿੱਚ ਕਸੀਦੇ ਪੜ੍ਹਦੇ ਆ। ਉਸ ਤੋਂ ਬਾਅਦ ਦੇ ਵਿੱਚ ਜਦੋਂ ਅੰਦੋਲਨ ਸਟਾਰਟ ਹੁੰਦਾ, ਦੇਖਦੇ ਆ ਵੀ ਇਹ ਸਾਡੇ ਵੱਸੋਂ ਬਾਹਰ ਦੀ ਗੱਲ ਆ, ਫਿਰ ਇਹ ਯੂ ਟਰਨ ਮਾਰਦੇ ਆ। ਪਰ ਯੂ ਟਰਨ ਮਾਰਦੇ ਹੋਏ ਕੋਈ ਮੁਕਾਮ ਐਸਾ ਨਹੀਂ ਇਹਨਾਂ ਨੇ ਛੱਡਿਆ ਜਿੱਥੇ ਅੰਦੋਲਨ ਨੂੰ ਬਦਨਾਮ ਕਰਨ ਵਾਸਤੇ, ਅੰਦੋਲਨ ਨੂੰ ਕਮਜ਼ੋਰ ਕਰਨ ਵਾਸਤੇ ਇਹਨਾਂ ਨੇ ਕੋਈ ਕਸਰ ਬਾਕੀ ਛੱਡੀ ਹੋਵੇ। ਹੁਣ ਦਿੱਲੀ ਗਏ, ਉੱਥੇ ਤੁਸੀਂ ਕਿਸਾਨ ਸੰਯੁਕਤ ਮੋਰਚਾ, ਕਿਸਾਨ ਅੰਦੋਲਨ ਦੇ ਵਿੱਚ ਸ਼ਾਮਿਲ ਸੰਗਤਾਂ ਦੇ ਉੱਤੇ, ਅੰਦੋਲਨਕਾਰੀਆਂ ਦੇ ਉੱਤੇ ਇੱਦਾਂ ਦੇ ਬੇਹੁਦਾ ਤੁਸੀਂ ਆਰੋਪ ਲਾਓ। ਜੇ ਤੁਹਾਨੂੰ ਕੋਈ ਪ੍ਰੋਬਲਮ ਹੈ, ਤੁਸੀਂ ਕਿਸਾਨ ਸੰਯੁਕਤ ਮੋਰਚੇ ਦੇ ਲੀਡਰਸ ਨੂੰ ਫੋਨ ਕਾਲ ਕਰ ਲਓ, ਉਹਨਾਂ ਨੂੰ ਕੋਈ ਚਿੱਠੀ ਪਾ ਦਿਓ, ਤੁਸੀਂ ਪ੍ਰੈਸ ਕਾਨਫਰੰਸ ਕਰਦੇ ਹੋ। ਪ੍ਰੈਸ ਕਾਨਫਰੰਸ ਕਰਨ ਦਾ ਮਤਲਬ ਹੈ ਕਿ ਅੰਦੋਲਨ ਨੂੰ ਬਦਨਾਮ ਕਿੱਦਾਂ ਕਰਨਾ। ਤੁਹਾਡੇ ਕਾਮਾਂ ਦੇ ਕਹਿੰਦੇ ਕਦੇ ਢੱਗੇ ਨਹੀਂ ਮਰਦੇ, ਤੁਹਾਡੇ ਬਦਨਾਮ ਕੀਤਿਆਂ ਅੰਦੋਲਨ ਦੋਸਤੋ ਬਦਨਾਮ ਨਹੀਂ ਹੋਣਾ। ਲੋਕਾਂ ਨੂੰ ਪਤਾ ਹੈ ਕਿ ਸੱਚਾਈ ਕੀ ਹੈ, ਚਾਹੇ ਬੀਜੇਪੀ ਦੇ ਨਾਲੋਂ ਗੱਠਜੋੜ ਟੁੱਟ ਚੁੱਕਿਆ, ਪਰ ਅੱਜ ਵੀ ਬੀਜੇਪੀ ਦੇ ਇਸ਼ਾਰਿਆਂ ਦੇ ਉੱਤੇ ਅੰਦੋਲਨ ਨੂੰ ਬਦਨਾਮ ਕਰਨ ਲਈ ਤੁਸੀਂ ਜਿਹੜੇ ਹੱਥ ਕੰਡੇ ਫੜਾ ਰਹੇ ਹੋ ਨਾ, ਤੁਸੀਂ ਜਿਹੜੇ ਰਸਤੇ ਫੜੇ ਹੋਏ ਆ, ਉਹ ਭਲੀ ਭਾਂਤ ਸਾਰੇ ਲੋਕਾਂ ਨੂੰ ਪਤਾ। ਹੁਣ ਖੁੱਲੀ ਚਿੱਠੀ, ਫਿਰ ਤੁਸੀਂ ਪਹਿਲਾਂ ਡਰਾਮਾ ਕੀਤਾ ਨੌਟੰਕੀ, ਤੇ ਹੁਣ ਫਿਰ ਪ੍ਰੈਸ ਦੇ ਵਿੱਚ ਜਾ ਕੇ ਕਹਿੰਦੇ ਹੋ ਵੀ ਅਸੀਂ ਕਿਸਾਨ ਲੀਡਰਸ ਨੂੰ, ਸੰਯੁਕਤ ਕਿਸਾਨ ਮੋਰਚੇ ਨੂੰ ਚਿੱਠੀ ਪਾਵਾਂਗੇ। ਇਹ ਚਿੱਠੀ ਤੁਸੀਂ ਬਿਨਾਂ ਪ੍ਰੈਸ ਕਾਨਫਰੰਸ ਕੀਤਿਆਂ ਪਾਉਂਦੇ, ਜੇ ਤੁਹਾਨੂੰ ਕੋਈ ਸ਼ਿਕਾਇਤ ਸੀ। ਇਹ ਗੱਲਾਂ ਕੋਈ ਗੁੱਝੀਆਂ ਛਿਪੀਆਂ ਨਹੀਂ, ਤੁਹਾਡੇ ਵਰਕਰ ਬੱਸਾਂ ਦੇ ਵਿੱਚ ਦਾਰੂ ਦੀਆਂ ਪੇਟੀਆਂ ਰੱਖ ਰੱਖ ਕੇ, ਅਕਾਲੀ ਦਲ ਸ਼ਰਮ ਆਉਣੀ ਚਾਹੀਦੀ ਆ ਏਦਾਂ ਦੀ ਪਾਰਟੀ ਦੇ ਉੱਤੇ ਕਾਬਜ਼ ਜਿਹੜੇ ਲੋਕ ਹੈਗੇ ਉਹਨਾਂ ਨੂੰ। ਸੁਭਾਵਿਕ ਤੌਰ 'ਤੇ ਆ ਇਹਨਾਂ ਦਾ ਵਿਰੋਧ, 10 ਸਾਲ ਦੇ ਵਿੱਚ ਪੰਜਾਬ ਦੀ ਧਰਤੀ 'ਤੇ ਜਿਹੜਾ ਗੰਦ ਪਾਇਆ ਚਿੱਟੇ ਦੇ ਜਨਮ ਦਾ, ਅਤੇ ਰੇਤਾ ਬਜਰੀ ਦੀ ਚੋਰੀ ਸ਼ੁਰੂ ਕਰਾਉਣ ਵਾਲੇ, ਗੁਰੂ ਗ੍ਰੰਥ ਸਾਹਿਬ ਦਾ ਅੰਗ ਅੰਗ ਰੂੜੀਆਂ ਦੇ ਉੱਤੇ ਰੋਲਣ ਵਾਲੇ ਲੋਕ ਕਿੱਦਾਂ ਭੁੱਲ ਜਾਣਗੇ। ਕਾਲੇ ਕਾਨੂੰਨ ਸ਼ੁਰੂ ਕਰਨ ਵਾਲੀ ਜਮਾਤ, ਨੀਂਹ ਪੱਥਰ ਕਿਹਨੇ ਰੱਖਿਆ, ਇਸੇ ਜਮਾਤ ਨੇ ਰੱਖਿਆ। ਤੇ ਅੱਜ ਬਗਲੇ ਭਗਤ ਬਣਨ ਦੇ ਯਤਨਾਂ ਦੇ ਵਿੱਚ ਆ, ਕਦੇ ਕਹਿੰਦੇ ਆ ਜਿਹੜਾ ਸਾਡਾ ਵਿਰੋਧ ਹੋ ਰਿਹਾ ਆਪਣੇ ਕਿਸਾਨ ਨਹੀਂ ਕਰ ਰਹੇ, ਇਹ ਅਕਾਲੀ ਇਹ ਆਰੋਪ ਲਾਉਂਦੇ ਆ ਵੀ ਕਾਂਗਰਸ, ਆਮ ਆਦਮੀ ਪਾਰਟੀ ਤੇ ਦੂਜੀਆਂ ਤੀਜੀਆਂ ਪਾਰਟੀਆਂ ਦੇ ਉੱਤੇ ਆਰੋਪ ਲਾਉਂਦੇ ਆ। ਇਹ ਬਿਲਕੁਲ ਨਿਸ਼ਚਿਤ ਰੂਪ ਦੇ ਵਿੱਚ ਇਹ ਟ੍ਰੇਲਰ ਦਿਖਾ ਰਹੇ ਆ ਪੰਜਾਬ ਦੇ ਲੋਕ, ਇਹਨਾਂ ਨੂੰ ਕਿਸਾਨ ਟ੍ਰੇਲਰ ਦਿਖਾ ਰਹੇ ਆ, ਦਲਿਤ ਖੇਤ ਮਜ਼ਦੂਰ ਟ੍ਰੇਲਰ ਦਿਖਾ ਰਹੇ ਆ। ਤੇ 2022 ਦੇ ਵਿੱਚ ਦੋਸਤੋ ਪੂਰੀ ਫਿਲਮ ਪੰਜਾਬ ਦਾ ਵੋਟਰ ਇਹਨਾਂ ਨੂੰ ਚਲਾ ਕੇ ਦਿਖਾਊਗਾ। ਚੰਨੀ ਜੀ ਮੁੱਖ ਮੰਤਰੀ ਬਣੇ ਨੇ, ਉਹਨਾਂ ਨੇ ਕਿਹਾ ਕਿ ਮੈਂ ਕਿਸਾਨਾਂ ਦੀ ਸਟੇਜ ਤੇ ਜਾ ਕੇ ਨਤਮਸਤਕ ਹੋਊਂਗਾ, ਤੇ ਉਧਰ ਰਾਜਾਲ ਸਾਹਿਬ ਨੇ ਬਿਆਨ ਦਿੱਤਾ, ਕਹਿੰਦੇ ਪੋਲੀਟੀਕਲ ਬੰਦੇ ਦਾ ਕਿਸੇ ਦਾ ਅਲਾਓ ਨਹੀਂ ਹੈਗਾ, ਉਹਦਾ ਆਣਾ ਤੇ ਆ ਕੇ ਜਿਹੜਾ ਇੱਥੇ ਆ ਕੇ ਬੈਠ ਕੇ ਸੁਣ ਸਕਦੇ। ਦੇਖੋ ਬੜਾ ਚੰਗਾ ਜੀਨੀਅਸ, ਅਸੀਂ 10ਵਾਂ ਸਾਲ ਆਇਆ ਹੈ ਤਕਰੀਬਨ, 10 ਸਾਲ ਅਸੀਂ ਇਕੱਠੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਹੇ। ਬੜਾ ਜੀਨੀਅਸ ਸੰਜਮ ਵਾਲਾ ਸਾਥੀ ਹੈਗਾ ਸਤਿਕਾਰਯੋਗ ਸੀਐਮ ਸਾਹਿਬ। ਸਭ ਤੋਂ ਪਹਿਲਾਂ ਤਾਂ ਸਾਡੀਆਂ ਸ਼ੁਭਕਾਮਨਾਵਾਂ ਨੇ ਵੀ ਉਹ ਸਾਰੇ ਉਹ ਕੰਮ ਜਿਹੜੇ 2017 ਦੇ ਵਿੱਚ ਕਾਂਗਰਸ ਪਾਰਟੀ ਨੇ ਪੰਜਾਬ ਦੇ ਆਵਾਮ ਦੇ ਨਾਲ ਵਾਅਦੇ ਕੀਤੇ ਸੀ, ਗੁਰੂਆਂ ਨੂੰ ਤਾਕਤ ਬਖਸ਼ਿਸ਼ ਕਰਨ, ਉਹ ਸਾਰੇ ਵਾਅਦੇ ਪੂਰੇ ਕਰਨ। ਤੇ ਪੰਜਾਬ ਦੇ ਵਿੱਚ ਉਹ ਲੋਕ ਜਿਨ੍ਹਾਂ ਨੇ ਘਰਾਂ ਦੇ ਵਿੱਚ ਬਹਿਣ ਪਵਾਏ, ਮਾਵਾਂ ਦੇ ਪੁੱਤ ਗਏ ਆ ਚਿੱਟੇ ਦੇ ਦੈਂਤ ਦੇ ਮੂੰਹ ਦੇ ਵਿੱਚ, ਉਹਨਾਂ ਲੋਕਾਂ ਨੂੰ ਸਜਾਵਾਂ। ਉਹ ਲੋਕ ਜਿਨ੍ਹਾਂ ਨੇ ਪਰਦੇ ਦੇ ਪਿੱਛੇ ਰਹਿ ਕੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਆਪਣੀ ਕੁਰਸੀ ਬਚਾਉਣ ਵਾਸਤੇ ਕੀਤਾ, ਉਹਨਾਂ ਨੂੰ ਫੜ ਕੇ ਕਟਹਿਰੇ 'ਚ ਖੜੇ ਕਰਨ। ਤੇ ਜਿਹੜੇ ਲੋਕਾਂ ਨੇ ਰੋਡਵੇਜ਼, PRTC ਬੱਸਾਂ ਦਾ ਬੇੜਾ ਗਰਕ ਕਰਕੇ ਆਪਣੇ ਘਰ ਦੀਆਂ ਹਜ਼ਾਰਾਂ ਬੱਸਾਂ ਪਾਈਆਂ, ਉਹਨਾਂ ਦੇ ਗਰੇਬਾਂ ਨੂੰ ਹੱਥ ਪਾਉਣ, ਅਸੀਂ ਇਹ ਸਾਡੀਆਂ ਸ਼ੁਭਕਾਮਨਾਵਾਂ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਤੇ ਉਹਨਾਂ ਦੀ ਬਜ਼ਾਰਤ ਵਾਸਤੇ ਕਿ ਉਹ ਇਹ ਸਾਰੇ ਕੰਮ, ਲੋਕ ਅੱਜ ਪੂਰੀ ਦੁਨੀਆਂ 'ਚ ਵੱਸਦਾ ਪੰਜਾਬੀ ਇਹ ਮੰਗ ਕਰਦਾ
कि ये सारिया गल्लां नवी वजारत नवे मुख्यमंत्री जरूर तकड़िया होके कर। जथेदार ज्ञानी हरप्रीत सिंह का भी सर बयान है मुख्यमंत्री शहीद बनने तो बाद की मुख्यमंत्री चाहे हिंदू बने या सिख बने पर चंगा इंसान होना बहुत जरूरी है सर किस तरह वेखदे उन्होंने का बयान मैं भी सुनिया ज्ञानी हरप्रीत सिंह जी होरां दा उन्होंने कहा कि घट बुद्धिमान घट दिमाग वाला बंदा तुसीं जातां दे समीकरण दे विच कुछ ऐदां दी गल बोलदी है एक महान तख्त दे उत्ते विराजमान सत्कारयोग जथेदार जी तों इदां दी गल बोलनी शोभा नहीं दिंदी ਤੁਸੀਂ ਉਹਨਾਂ ਦੇ ਦਿਮਾਗ ਦੀ ਕੀ ਪਰਖ ਕੀਤੀ ਆ ਜਿਹੜਾ ਤੁਸੀਂ ਇੱਦਾਂ ਦਾ ਬਿਆਨ ਦਿੱਤਾ ਉਹ ਪੜ੍ਹੇ ਲਿਖੇ ਆ ਐਂਡ ਅੱਜ ਵੀ ਕੰਟੀਨਿਊਸਲੀ ਉਹਨਾਂ ਦੀ ਸਟੱਡੀ ਜਾਰੀ ਹੈਗੀ ਆ ਮੁੱਖ ਮੰਤਰੀ ਦੀ ਸੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਹੁਤ ਉੱਚੀ ਪਦਵੀ 'ਤੇ ਆ ਬੜੀ ਸਤਿਕਾਰਿਤ ਹਸਤੀ ਆ ਉਹਨਾਂ ਨੂੰ ਬਾਦਲਾਂ ਦੇ ਕਹੇ 'ਤੇ ਇੱਦਾਂ ਦੇ ਬੇਹੂਦਾ ਬਿਆਨ ਨਹੀਂ ਦੇਣੇ ਚਾਹੀਦੇ ਰਾਸ਼ਟਰੀ ਮਹਿਲਾ ਕਮਿਸ਼ਨ ਦੇ ਜਿਹੜੇ ਚੇਅਰਪਰਸਨ ਨੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਦਾ ਅਸਤੀਫਾ ਲਿਆ ਜਾਵੇ ਕਿਉਂਕਿ ਮੀਟੂ ਮਾਮਲੇ ਦੇ ਵਿੱਚ ਕੀ ਲੱਗਦਾ ਤੁਹਾਨੂੰ ਕਿ ਪੰਜਾਬ ਦੇ ਭਲੇ ਲਈ ਕੋਈ ਮੁੱਖ ਮੰਤਰੀ ਆਇਆ ਤਾਂ ਬੀਜੇਪੀ ਨੇ ਇਹ ਇਹ ਕਿੱਟੇ ਸਾਈ ਜਿਹੜਾ ਜਿੱਥੇ ਫੁੱਲ ਹੁੰਦਾ ਗੁਲਾਬ ਦਾ ਤੇ ਉੱਥੇ ਕੰਡੇ ਜ਼ਰੂਰ ਹੁੰਦੇ ਆ ਇਹ ਕਿੱਟੇ ਸਾਈ ਉਹਨਾਂ ਦੀ ਲਿਆਕਤ ਉਹ ਲੋਕ ਜਿਹੜੇ ਕੱਲ ਗੱਲਾਂ ਮਾਰਦੇ ਫਿਰਦੇ ਸੀ ਵੀ ਅਸੀਂ ਤੁਹਾਨੂੰ 300 ਯੂਨਿਟ ਫ੍ਰੀ ਦੇ ਦਿਆਂਗੇ ਅਸੀਂ ਤੁਹਾਨੂੰ ਫਲਾਨਾ ਕਰ ਦਿਆਂਗੇ ਅਸੀਂ ਫਲਾਨਾ ਕਰ ਦਿਆਂਗੇ ਅੱਜ ਉਹ ਇਉਂ ਮਹਿਸੂਸ ਹੁੰਦਾ ਕਿ ਮੁੱਦਾ ਕਿਉਂ ਹੋ ਗਿਆ ਜਿਹੜੀ ਸਪੀਡ ਦੇ ਨਾਲ ਨਵਾਂ ਮੁੱਖ ਮੰਤਰੀ ਤੇ ਨਵੀਂ ਬਜਾਰ ਤੁਰੀ ਹੈ ਇਸੇ ਸਪੀਡ ਦੇ ਨਾਲ ਤੁਰੇ ਰਹਿਣ ਤੇ ਮੇਰਾ ਵਿਸ਼ਵਾਸ ਆ ਇਹ ਲੋਕ ਜਿਹੜੇ ਦਿੱਲੀ ਤੋਂ ਆ ਕੇ ਕਾਬਜ਼ ਹੋਣ ਦੇ ਜਤਨਾਂ ਦੇ ਵਿੱਚ ਸੀ ਉਹਨਾਂ ਦੇ ਸੁਪਨੇ ਚਕਨਾ ਚੂਰ ਹੋ ਸਕਦੇ ਆ ਉਹ ਇਦਾਂ ਦੇ ਹੱਥ ਕੱਢੇ ਅਪਣਾਈ ਜਾਣ ਕੋਈ ਫਰਕ ਨਹੀਂ ਪੈਣਾ ਕਹਿੰਦੇ ਨੇ ਕਿ ਪੁਰਾਣੇ ਜਿਹੜੇ ਟਕਸਾਲੀ ਕਾਂਗਰਸੀ ਹੈ ਉਹਨਾਂ ਨੂੰ ਪਿੱਛੇ ਕੀਤਾ ਜਾ ਰਿਹਾ ਚਾਹੇ ਹੁਣ ਕੈਪਟਨ ਅਮਰਿੰਦਰ ਸਿੰਘ ਉਤਾਰੇ ਨੇ ਤਾਂ ਹੁਣ ਨਵੀਂ ਜਿਹੜੀ ਵਜ਼ਾਰਤ ਆਈ ਹੈ ਚਾਹੇ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਦੇਖੋ ਹੈ ਤਾਂ ਉਹਨਾਂ ਦੀ ਪਾਰਟੀ ਦਾ ਅੰਦਰੂਨੀ ਮਸਲਾ ਮੈਂ ਇਹਦੇ 'ਤੇ ਜ਼ਿਆਦਾ ਕੋਈ ਜਵਾਬ ਦੇਵਾਂ ਚੰਗੀ ਗੱਲ ਨਹੀਂ ਪਰ ਟਕਸਾਲੀ ਦਾ ਮਤਲਬ ਇਹ ਨਹੀਂ ਟਕਸਾਲੀ ਕਾਂਗਰਸੀ ਦਾ ਮਤਲਬ ਇਹ ਨਹੀਂ ਵੀ ਉਹ ਟਕਸਾਲੀ ਅਕਾਲੀ ਜਥੇਦਾਰਾਂ ਦੇ ਨਾਲ ਕੁੰਡੀਆਂ ਫਸਾਉਂਦਾ ਫਿਰੇ ਪੰਜਾਬ ਦਾ ਬਿੜਾ ਗਰਕ ਕਰਨ ਲਈ ਲੁੱਟਣ ਵਾਸਤੇ ਸੰਧੀਆਂ ਕਰਦਾ ਫਿਰੇ ਇਹ ਗਲਤ ਗੱਲ ਹੈਗੀ ਹੈ ਹਰ ਪਾਰਟੀ ਦੇ ਅੰਦਰ ਜਿਹੜਾ ਕੋਈ ਡਿਜ਼ਰਵ ਕਰਦਾ ਲੀਡਰ ਕੋਈ ਮੈਂਬਰ ਪਾਰਟੀ ਨੂੰ ਮਾਨ ਸਨਮਾਨ ਜ਼ਰੂਰ ਦਿੰਦੀ ਹੈ ਹਰੀਸ਼ ਰਾਵਤ ਜੀ ਹੁਣ ਜਿਹੜੇ ਨਵਜੋਤ ਸਿੰਘ ਦੇ ਪੱਖ ਦੇ ਉੱਤੇ ਨਜ਼ਰ ਆ ਰਹੇ ਨੇ ਕਹਿ ਰਹੇ ਨੇ ਕਿ ਜੇ ਨਰਿੰਦਰ ਮੋਦੀ ਇਮਰਾਨ ਖਾਨ ਨੂੰ ਜੱਫੀਆਂ ਪਾ ਸਕਦਾ ਮਿਲ ਸਕਦਾ ਤੇ ਸਿੱਧੂ ਵੀ ਉਹਨਾਂ ਨੂੰ ਮਿਲਿਆ ਸੀਗਾ ਧਾਰਮਿਕ ਸਥਲ ਵੀ ਖੋਲਿਆ ਸੀਗਾ ਇਨਡਾਇਰੈਕਟਲੀ ਸਰ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਵਾਲ ਖੜੇ ਕਰਦੇ ਨੇ ਦੇਖੋ ਉਹ ਕੰਮ ਜਿਹਦੇ ਕਰਕੇ ਪੂਰੇ ਜਗਤ 'ਚ ਵਸਦਾ ਸਿੱਖ ਖੁਸ਼ੀ ਜਖੀ ਵਾ ਹੋਇਆ ਉਹ ਰਾਹ ਉਹ ਰਸਤਾ ਜਿਹਦੀ ਅਸੀਂ ਲੰਬੇ ਸਮੇਂ ਤੋਂ 1947 ਤੋਂ ਲੈ ਕੇ ਅੱਜ ਤੱਕ ਕਿੰਨੇ ਹਜ਼ਾਰ ਅਰਦਾਸ ਕੀਤੀ ਸਿੱਖਾਂ ਨੇ ਕਿ ਸਾਨੂੰ ਕਿਤੇ ਕਾਸ਼ ਇਹ ਗੁਰੂ ਦਾ ਦੁਆਰਾ ਦੇਖਣ ਵਾਸਤੇ ਰਸਤਾ ਮਿਲ ਜਾਵੇ ਜੇ ਸਿੱਧੂ ਉਹ ਰਸਤਾ ਖੁਲਵਾਇਆ ਤੇ ਫੇਰ ਤੁਕੇ ਉਹਦੇ ਤੇ ਸਟੇਟਮੈਂਟਸ ਦੇਣੇ ਗਲਤ ਗੱਲ ਹੈ ਅੱਜ ਵੀ ਸਿੱਖ ਕੌਮ ਇਸ ਗੱਲ ਲਈ ਨਵਜੋਤ ਸਿੱਧੂ ਦੀ ਧੰਨਵਾਦ ਤੇ ਨਵਜੋਤ ਸਿੱਧੂ ਵਧਾਈ ਦਾ ਪਾਤਰ ਆ ਜਿਹਨੇ ਸਿੱਖਾਂ ਦੀ ਪੰਜਾਬੀਆਂ ਦੀ ਇਹ ਮੰਗ ਅਬਵ ਦਾ ਪੋਲੀਟਿਕਸ ਰਾਜਨੀਤੀ ਤੋਂ ਉੱਤੇ ਉੱਠ ਕੇ ਉਹਨਾਂ ਨੇ ਇੱਕ ਬੋਲਡ ਕਦਮ ਲੈਂਦੇ ਹੋਏ ਇਹ ਰਸਤਾ ਖੁਲਾਉਣ ਦੇ ਵਿੱਚ ਆਪਣਾ ਭਰਪੂਰ ਯੋਗਦਾਨ ਦਿੱਤਾ ਇਹ ਰੇਤ ਤੋਂ ਲੈ ਕੇ ਸਰ ਕਿਹਾ ਨਾ ਰੇਤ ਅਸੀਂ ਮੁਕਤ ਕਰਾਂਗੇ ਇਹਨਾਂ ਦੇ ਤੁਸੀਂ ਬਿੱਤ ਸਮੇਂ ਦੌਰਾਨ ਵਕਤ ਤੁਸੀਂ ਸੰਬੋਧ ਵਿਰੋਧੀ ਪਾਰਟੀ ਕਹਿੰਦੇ ਰਹੇ ਕਿ ਕੁਛ ਇਹਨਾਂ ਦੇ ਆਪਣੇ ਹੀ MLA ਦੇ ਆਗੂ ਸੰਲਿਤ ਨੇ ਇਹ ਗੱਲ ਬਿਲਕੁਲ ਸੱਚ ਆ 10 ਸਾਲ ਦੇ ਬਾਦਲਾਂ ਨੇ ਰੇਤਾ ਚੋਰੀ ਦੀ ਸ਼ੁਰੂਆਤ ਕਰਕੇ ਖੂਬ ਲੁੱਟਿਆ ਰੇਤਾ ਬਜਰ ਨੂੰ ਤੇ 5 ਸਾਲਾਂ ਤੋਂ ਕੌਣ ਲੁੱਟ ਰਿਹਾ 5 ਸਾਲਾਂ ਤੋਂ ਕਾਂਗਰਸ ਪਾਰਟੀ ਨਾਮ ਬਦਲੀ ਹੋ ਗਏ ਬਾਦਲਾਂ ਦੀ ਜਗ੍ਹਾ ਤੇ ਕਾਂਗਰਸ ਦੇ ਲੋਕ ਆ ਗਏ ਹਿੱਸੇਪੱਤੀ ਬਦਲੀ ਹੋ ਗਈ ਜਿਹੜਾ 60-40 ਦਾ ਰੇਸ਼ੋ ਸੀ ਉਹ ਤਬਦੀਲ ਹੋ ਗਿਆ ਬਿਨਾਂ ਸਰਕਾਰੀ ਸਰਪ੍ਰਸਤੀ ਤੋਂ ਰੇਤੇ ਦਾ ਚਮਚਾ ਨਹੀਂ ਚੋਰੀ ਹੋ ਸਕਦਾ ਇਹ ਨਵੀਂ ਵਿਜਾਰਤ ਨਵੇਂ ਮੁੱਖ ਮੰਤਰੀ ਤੋਂ ਸਾਨੂੰ ਉਮੀਦ ਹੈ ਪੂਰੇ ਪੰਜਾਬ ਵੀ ਪੂਰੀ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਉਮੀਦ ਤੇ ਆਸ ਹੈਗੀ ਆ ਵੀ ਪੰਜਾਬ ਦੇ ਵਿੱਚ ਜਿੰਨੇ ਲੁੱਟ ਮਾਫੀ ਹੈਗੇ ਆ ਉਹਨਾਂ ਲੁੱਟ ਮਾਫੀਆਂ ਦਾ ਅੰਤ ਜ਼ਰੂਰ ਕਰੇਗੀ ਸਰਕਾਰ ਪੰਜਾਬ ਸਰਕਾਰ 200 ਜੁੜੇ ਜਗ੍ਹਾ 300 ਜੁੜੇ ਫ੍ਰੀ ਦੇ ਰਹੀ ਹੈ SC ਤੇ BC ਪਰਿਵਾਰਾਂ ਨੂੰ ਕਿਸ ਤਰ੍ਹਾਂ ਵੇਖਦੇ ਹੋ ਬਹੁਤ ਚੰਗੀ ਗੱਲ ਹੈਗੀ ਆ ਪੰਜਾਬ ਸਰਕਾਰ ਮੁਫਤ ਦੇਣਾ ਸ਼ੁਰੂ ਕਰੇ ਜਿਹੜੇ EWS ਹੈਗੇ ਇਕਨੋਮਿਕਲ ਵੀਕਰ ਸੈਕਸ਼ਨ ਜਾਤ ਬਰਾਦਰੀ ਧਰਮ ਤੋਂ ਉੱਤੇ ਉੱਠ ਕੇ ਜਿਹੜਾ ਆਰਥਿਕ ਤੌਰ ਤੇ ਕਮਜ਼ੋਰ ਹੈਗਾ ਉਹਨੂੰ ਇਹ ਬਿਜਲੀ ਫ੍ਰੀ ਦੀ ਸਹੂਲਤ ਜ਼ਰੂਰ ਮਿਲਣੀ ਚਾਹੀਦੀ ਆ ਬਹੁਤ ਸਾਰੇ ਇੱਦਾਂ ਦੇ ਪੰਜਾਬ ਦੇ ਅੰਦਰ ਪਰਿਵਾਰ ਹੈਗੇ ਆ ਲੋਕ ਇਨਸਾਫ ਪਾਰਟੀ ਨੇ ਇੱਕ ਡਰਾਈਵ ਸਟਾਰਟ ਕੀਤੀ ਸੀ ਕਿ ਜਿਨ੍ਹਾਂ ਦੇ ਬਕਾਏ ਖੜੇ ਆ ਜਿਹੜੇ ਬਕਾਏ ਦੇਣ ਦੇ ਵਿੱਚ ਅਸਮਰੱਥ ਆ ਬਿਜਲੀ ਦੇ ਬਿੱਲ ਨਹੀਂ ਭਰੇ ਉਹਨਾਂ ਦੇ ਤਾਰਾਂ ਕੱਟੀਆਂ ਹੋਈਆਂ ਨੇ ਕਨੈਕਸ਼ਨ ਕੱਟੇ ਹੋਏ ਸੀ ਉਹ ਕਨੈਕਸ਼ਨ ਕਰੋਨਾ ਤੋਂ ਪਹਿਲਾਂ ਕਨੈਕਸ਼ਨ ਜੋੜਨ ਦੀ ਮੁਹਿੰਮ ਸ਼ੁਰੂ ਕੀਤੀ ਸੀ
अज उसे पैटर्न के उत्ते कांग्रेस नवी बनी वजारत ने फैसला लिया कि पंजाब के अंदर जिन्हें वह परिवार जिन्हों के बकाए खड़े होने कारण कनैक्शन कट्टे वो सारे जोड़ देने हैं बकाया के उत्ते लकीर मार के 300 यूनिट फ्री देना चंगा फैसला असीं तां विरोध दे विच बैठे हैं पर चंगे फैसलों की असीं तारीफ करांगे कितने ना कितने जो सब तो वड्डा मुद्दा से बिजली मुद्दा जिसनों लैके जी आम आदमी पार्टी या अकाली दल वालों जो सवाल चुके जाते हैं पर हूँ जिदा 300 यूनिट का ऐलान कर दिया गया कि लगता भी जिहड़ियां 2022 दी चोणां ने उत्थे नवे मुद्दे चाहिए ने जां जिहड़े मुद्दे ने पुराने वो हल कर रहे हैं। देखो पहला तो 2017 दे विच कांग्रेस पार्टी सत्ता ते आई उन्होंने वादे किहड़े किहड़े कीते नौकरियां दे वादे कीते उन्होंने बिजली दे वादे कीते उन्होंने गुरु ग्रंथ साहिब दा अपमान करन वाले दोषियों नूं सजावां चिट्टा वेचण वाले वड्डे मगरमच्छां नूं नकेल ਇਹ ਮੁੱਖ ਵਾਅਦੇ ਸੀਗੇ। ਨਵੀਂ ਵਜਾਰਤ ਨੂੰ ਸਭ ਤੋਂ ਪਹਿਲਾਂ 2017 ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਕੀਤੇ ਹੋਏ ਵਾਅਦੇ ਪੂਰੇ ਕਰਕੇ ਫਿਰ ਅਗਲੇ ਕਦਮ ਜਿਹੜੇ ਆ ਉਹਨਾਂ ਨੂੰ ਪੁੱਟਣੇ ਚਾਹੀਦੇ ਆ। ਪਹਿਲਾਂ ਕੀਤੇ ਹੋਏ ਵਾਅਦੇ ਤਾਂ ਕਿ ਆਵਾਮ ਨੂੰ ਇੱਕ ਪੂਰਨ ਤੌਰ ਤੇ ਯਕੀਨ ਹੋ ਜਾਵੇ ਨਵੀਂ ਸਰਕਾਰ ਤੇ ਨਵੀਂ ਵਜਾਰਤ ਦੇ ਵਿੱਚ ਵੀ ਇਹ ਕੁਛ ਕਰਕੇ ਦਿਖਾਉਣਗੇ ਪੰਜਾਬ ਦੇ ਵਿੱਚੋਂ ਲੁੱਟ ਮਾਫੀਆ ਨੂੰ ਨਕੇਲ ਪਾਉਣ। ਸਾਬਕਾ ਮੁੱਖ ਮੰਤਰੀ ਕੈਪਟਨ ਸਾਹਿਬ ਤੇ ਦੋਸ਼ ਲਾ ਦਿੱਤੇ ਫਿਰੋਜ਼ ਕਾਜੀ ਦੇ ਅੱਜ ਗਏ ਨੇ ਮੁਫਤ ਗਏ छोटे हाथी बड़िया छोटिया गल्लां तूल फड़ाउण वास्ते बादल एंड कंपनी जो मर्जी बोली जाए मुख्यमंत्री है सूबे का इन्होंने यह गल पुछो जे अजे तूल फड़ाते हैं कि थोड़े वेले विभा सिमरत कौर बादल को चौपर अलग प्रकाश सिंह बादल को अलग सुखबीर बादल के मजूठिए को अलग अलग तुम तो चौपर न एक कैब मन के एक आटो मन के एक टैक्सी मन के यूज करते अज के नवा बनया मुख्यमंत्री अपने साथियों लैके दिल्ली चौपर से गया तो यह कोई बड़ा इशू नहीं है।